टाइम हो चुका है रात के 9:10, पुंजारे लाए मेरा भाई लोग आ रहा है अपन को लेने। आ गया भाई लोग। कैसा रहे बबुआ तुम? अच्छा भाई, अच्छा। इतना लेट कर दिया ये बंदा, क्या है इतना लेट करता है? चलो ਜਾਣਾ ਪੈਂਦਾ। आखिरकार 20 करोड़ साल बाद हम यहाँ पहुँच ही गए। क्यों भाई साहब? टूटे वाह, कितना कैश है भाई तेरे को। वाह जी वाह। तेरा जेंडर की है? देख फीमेल है ना। तेन भी लगता फीमेल है तो लग जा, उत्थे जाके लग जा, जल्दी टिकट मिल जाएगी सामने। क्यों भाई? ਬੰਦਾ ਲੈ ਰਿਹਾ ਪੂਰੀ ਜ਼ਿੰਦਗੀ ਦੇ ਐਸ਼। ਹੈਲੋ ਭਾਈ ਸਾਹਿਬ, ਭਾਈ ਸਾਹਿਬ ਹਾਂ, ਲੱਕੜ ਨਹੀਂ ਲੈਣੀ ਮੇਰੀ ਜਗ੍ਹਾ ਬੋਲ ਲਿਆ ਕਿ ਭਾਈ ਰਾਤ ਦੇ ਬਚ ਕੇ ਪੌਣੇ 3 ਅਤੇ ਮੈਨੂੰ ਹੁਣੇ ਹੁਣੇ ਪਤਾ ਲੱਗਿਆ ਕਿ ਮੇਰਾ ਦੋਸਤ ਵੀ ਇਸੇ ਟ੍ਰੇਨ ਦੇ ਵਿੱਚ ਟਰੈਵਲ ਕਰ ਰਿਹਾ ਅਤੇ ਤੁਹਾਨੂੰ ਲੱਭਣ ਤੁਰਦੇ ਹਾਂ। ਜਿੱਥੇ ਬੈਠਾ ਹੋ ਚਲੋ। ਇਸ ਬੰਦੇ ਨੂੰ ਮੈਂ ਕਿਹਾ ਕਿ ਮੇਲਾ ਆ ਜਾ, ਇਹ ਆਉਂਦਾ ਨਹੀਂ ਪਿਆ। ਹੁਣ ਕੀ ਕਰੀਏ ਇਹਨੂੰ? ਬੈ ਓਕੇ, ਮਿਲਦੇ ਹਾਂ। ਸਾਰੀ ਰਾਹ ਸੁੱਤੇ ਆਏ ਯਾਰ, ਹਲੇ ਵੀ ਸਾਰਾ ਸੁੱਤੀ ਮਰੀ ਜਾਂਦਾ। ਦੇਖੋ 2 ਕਰੋੜ ਸਾਲ ਸੋਏ ਹੈ, ਕੁੰਭ ਕਰਨ ਕੀ ਨੀਂਦ, ਬੀਬੀ ਅੱਖ ਮੇ ਨੀਂਦ ਛਾਈ ਹੋਈ ਹੈ। ਐਸਾ ਬੰਦਾ ਯਾਰ, ਖੁਦ ਤਾਂ ਨਹੀਂ ਪੈਗ ਲਾਏ ਆ, ਪੈਗ ਲਾਏ ਆ ਕਾਕਾ, ਤੇਰੀ ਬੀੜੀ ਤਾਂ ਪਈ ਹੋਈ ਹੈ ਪੈਗ ਲਾਏ ਦੀ। ਗੱਡੀ ਕਿਵੇਂ ਦੀ ਲੱਗੀ ਤੁਹਾਨੂੰ? ਮੈਂ ਗੱਡੀ ਇਹ ਤਾਂ ਜਮਾ ਹੀ ਚਿੱਤੜ ਦਿਖਾਓ ਗੱਡੀ ਆ। ਨਹੀਂ ਨਹੀਂ ਬਾਈ, ਇਹਨਾਂ ਨੌਨ ਵੈਜ ਨਹੀਂ ਆਪਾਂ ਬਾਣਨਾ ਵੀ, ਇਹਨਾਂ ਬੀਫ ਪਤਾ ਨਹੀਂ ਹੈਗੀ ਹੈ। ਗੱਡੀ ਬਹੁਤ ਵਧੀਆ, ਠੀਕ ਠਾਕ ਆ, ਸਸਤੇ ਰੇਟ ਵਿੱਚ ਵਧੀਆ ਜੀ। ਦੇਖ ਲਓ ਮੰਮੀ ਪੈਨ ਜਗ੍ਹਾ ਹੈਗੀ, ਲੈਗ ਸਪੇਸ ਬਹੁਤ ਘੱਟ ਹੈ, ਬਾਕੀ ਮੀਲ ਮਿਲ ਜਾਂਦੀ ਹੋਰ ਵਧੀਆ।
ਕੀ ਕਹਿੰਦੇ ਸਭ ਸਹੀ ਲੱਗਦੇ ਆ ਮੰਨਣ ਵਾਲੇ ਹੱਸਦੇ ਆ ਮੰਨਣ ਵਾਲੇ ਹੱਸਦੇ ਆ 500 ਰੁਪਏ ਦਿੱਤਾ ਇਹਨੇ ਆ ਬਾਈ ਵੀ ਸਾਡੇ ਨਾਲ ਫੋਕਸ ਕਰਦੇ ਯਾਰ ਉਹ ਆ ਕੇ ਕਹਿੰਦੇ ਆ ਇਹ ਸਲਮਾਨ ਖਾਨ ਦੇਣਾ ਫਿਰ ਸਲਮਾਨ ਖਾਨ ਵਾਲੀ ਫੀਲਿੰਗ ਆਉਂਦੀ ਫਿਰ ਦੇਣੇ ਪੈਂਦੇ ਆ ਸਲਮਾਨ ਖਾਨ ਦੇ ਨਾਮ ਤੇ ਕਿਹਨੇ ਦਿੱਤੇ ਤੁਸੀਂ ਯਾਰ ਜਿੰਨੇ ਜੇਬ ਦੀ ਸਾਰੀ ਅੰਕਲ ਨੇ ਬਹੁਤ ਪਰੇਸ਼ਾਨ ਕੀਤਾ ਲੱਤਾਂ ਮਾਰ ਮਾਰ ਵਿਚਾਰੇ ਦੀ ਬੱਕੀਆਂ ਭਾਂ ਕੱਟੀਆਂ ਕਿਉਂ ਜੀ ਪਕੌੜੇ ਵਾਲੇ ਕਿੱਦਾਂ ਮਾਰ ਜੀ ਫਰਤੂ ਕਿੱਦਾਂ ਜੀ ਕੀ ਹਾਲ ਚਾਲ ਵੈਰੀ ਵੈਰੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਨਮਸਤੇ ਨਮਸਕਾਰ ਦਿੱਲੀ ਪਹੁੰਚ ਗਏ ਹਾਂ ਭਾਈ ਸਾਹਿਬ ਜੀ ਦੇ ਨਾਲ ਬਹੁਤ ਬੋਰ ਕਰਦਾ ਯਾਰ ਇਹਨੇ ਕੁਛ ਨਹੀਂ ਸਾਰੀ ਰਾਤ ਸੁੱਤਾ ਆ ਕੋਈ ਇੰਜੋਏ ਨਹੀਂ ਰਾਤ ਨੂੰ ਤੈਨੂੰ ਕਿਹੜੀ ਇੰਜੋਏਮੈਂਟ ਚਾਹੀਦੀ ਹੋਈ ਮੈਂ ਕੋਈ ਵਲੌਗਿੰਗ ਨਹੀਂ ਸਿੱਖ ਰਿਹਾ ਮੈਂ ਧੱਕੇ ਨਾਲ ਵਲੌਗਿੰਗ ਕਰਾ ਰਿਹਾ ਇਸ ਬੰਦੇ ਨੇ ਮੇਰੇ ਪਤਾ ਕਿੰਨੇ ਡੈਲੋਗ ਕੱਟ ਕੀਤੇ ਕਿੰਨੇ ਮੈਂ ਮਾਰੇ ਆਪਣੇ ਡੈਲੋਗ ਲਾ ਰਿਹਾ ਮੇਰੇ ਕੱਟ ਕਰੀ ਜਾ ਰਿਹਾ ਯਾਰ ਇਹ ਸੱਚਾਈ ਆ ਸੱਚਾਈ ਇਹ ਵਲੌਗਰਾਂ 'ਤੇ ਵਿਸ਼ਵਾਸ ਨਾ ਕਰੋ ਇਹ ਬੜੇ ਤੇਜ਼ ਹੁੰਦੇ ਆ ਉਹ ਦੇਖੋ ਨਾ ਸ਼ਕਲਾਂ ਸ਼ਕਲਾਂ ਦੇਖੋ ਇਹਨਾਂ ਦੀਆਂ ਦੇਖ ਲਓ ਉਹਦਾ ਰਾਈਟ ਟਾਈਮ ਆ ਦਿੱਲੀ ਪਹੁੰਚ ਗਏ ਮੋਹਨ ਬਾਈ ਇਹ ਆਪਣੇ ਰਾਹ 'ਤੇ ਜਾਣਗੇ ਇਹ ਸਾਡੇ ਨਾਲ ਰਹਿਣਗੇ ਥੈਂਕ ਯੂ ਓਹੋ ਇੱਕ ਗੱਲ ਤਾਂ ਭੁੱਲ ਹੀ ਗਏ ਆਪਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਅੱਜ ਮੇਰੇ ਫਰੈਂਡ ਨੇ ਪਾੜੂ ਵਲੌਗ ਬਣਾਇਆ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਜ਼ਰੂਰ ਕਰੋ